ਸਵਾਗਤ ਕਰਦਾ ਹਾਂ ਵੀਰਾਂ ਅਤੇ ਭੈਣਾਂ ਦਾ ਤੁਹਾਡੇ ਆਪਦੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ, ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਿਕਲੀ ਹੋਈ ਆਂਗਨਵਾੜੀ ਦੀ ਭਰਤੀ ਦੇ ਬਾਰੇ ਵਿੱਚ। ਅਤੇ ਪੂਰੀ ਡਿਟੇਲ 'ਚ ਤੁਹਾਨੂੰ ਮੈਂ ਦੱਸਾਂਗਾ ਕਿੱਦਾਂ ਤੁਸੀਂ ਅਪਲਾਈ ਕਰ ਲੈਣਾ ਜੀ। ਇਹ ਤੁਸੀਂ ਥੰਬਨੇਲ ਤਾਂ ਦੇਖ ਹੀ ਚੁੱਕੇ ਹੋਵੋਗੇ, ਆਖਰੀ ਮਿਤੀ 30 ਅਗਸਤ 2020 ਹੈ। ਪ੍ਰਤੀ ਮਹੀਨਾ ਤਨਖਾਹ ਤੁਹਾਡੀ ਜਿਹੜੀ ਮੈਕਸੀਮਮ ਰਹੇਗੀ 24,000 ਹੈ। ਅਲੱਗ ਅਲੱਗ ਵਿਭਾਗ ਦੇ ਵਿੱਚ ਭਰਤੀ ਜਿਹੜੀ ਹੈ ਜੀ ਉਹ ਆਊਟ ਹੋਈ ਹੈ। ਮੈਂ ਤੁਹਾਨੂੰ ਪੂਰੀ ਡਿਟੇਲ ਦਿਖਾਵਾਂਗਾ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਨਾਲ, ਅਤੇ ਕਿੱਦਾਂ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਉਹ ਵੀ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ। ਤਾਂ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਬਟਨ ਦਬਾਉਣਾ ਨਾ ਭੁੱਲਣਾ, ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ। ਇਸ ਤੋਂ ਇਲਾਵਾ ਸਾਡਾ ਦੂਸਰਾ ਯੂਟਿਊਬ ਚੈਨਲ ਵੀ ਹੈ, ਤੁਸੀਂ ਉਸਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਉਸਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ 'ਚ ਦੇ ਦਾਂਗਾ। ਔਰ ਇਸ ਤੋਂ ਇਲਾਵਾ ਹੋਰ ਵੀ ਕਈ ਭਰਤੀਆਂ ਜਿਹੜੀਆਂ ਨੇ ਉਹ ਆਊਟ ਹੋ ਚੁੱਕੀਆਂ ਨੇ, ਉਹਨਾਂ ਦੀ ਵੀਡੀਓ ਬਣਾ ਕੇ ਮੈਂ ਆਪਣੇ ਚੈਨਲ ਦੇ ਉੱਪਰ ਅਪਲੋਡ ਕਰ ਚੁੱਕਾ ਹਾਂ ਜੀ। ਉਹਦੇ ਲਈ ਵੀ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਲਿੰਕ ਮਿਲ ਜਾਏਗਾ, ਉੱਥੋਂ ਤੁਸੀਂ ਕਲਿੱਕ ਕਰਕੇ ਵੀਡੀਓ ਵਾਚ ਕਰ ਸਕਦੇ ਹੋ। ਅਤੇ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਉਹਨਾਂ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ, ਔਰ ਦਿਖਾਉਂਦੇ ਹਾਂ ਜੀ ਕੀ ਡਿਟੇਲ ਜਿਹੜੀਆਂ ਉਹਨਾਂ ਨੇ ਮੰਗੀਆਂ ਨੇ। ਇਹ ਤੁਸੀਂ ਦੇਖ ਪਾ ਰਹੇ ਹੋ ਜੀ ਅਫੀਸ਼ੀਅਲ ਨੋਟੀਫਿਕੇਸ਼ਨ। ਉਹਨਾਂ ਦੁਆਰਾ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਜਿਹੜੀਆਂ ਪੋਸਟਾਂ ਆਊਟ ਹੋਈਆਂ ਨੇ ਜੀ। ਸਭ ਤੋਂ ਪਹਿਲੀ ਪੋਸਟ ਜਿਹੜੀ ਹੈਗੀ ਹੈ ਜੀ ਕੇਸ ਵਰਕਰ ਦੀ ਹੈ, ਨੈਕਸਟ ਹੈਗੀ ਹੈ ਜੀ ਪੈਰਾ ਲੀਗਲ ਪਰਸਨਲ ਲਾਇਰ ਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਮਲਟੀਪਰਪਸ ਹੈਲਪਰ ਦੀ ਹੈ, ਠੀਕ ਹੈ ਜੀ। ਇਸ ਦੇ ਵਿੱਚ ਟੋਟਲ ਪੋਸਟਾਂ ਜਿਹੜੀਆਂ ਨੇ ਉਹ 5 ਨੇ। ਤਨਖਾਹ ਦੀ ਅਗਰ ਅਸੀਂ ਗੱਲ ਕਰ ਲਈਏ ਤਾਂ ਤਨਖਾਹ ਤੁਹਾਡੀ 10,000 ਤੋਂ ਲੈ ਕੇ 16,000 ਜਿਹੜੀ ਉਹ ਪ੍ਰਤੀ ਮਹੀਨਾ ਰਹੇਗੀ। ਔਰ ਇਹਦੇ ਲਈ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ, ਇਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਜਿਹੜੇ ਨੇ ਉਹ ਆਪਣੇ ਸਾਰੇ ਰਿਕੁਆਇਰਡ ਡਾਕੂਮੈਂਟ ਉਹ ਸੈਂਡ ਕਰ ਦੇਣੇ ਨੇ। ਔਰ ਇਹਦੇ ਲਈ ਲਾਸਟ ਡੇਟ ਜਿਹੜੀ ਹੈਗੀ ਹੈ ਜੀ ਉਹ ਹੈਗੀ ਹੈ 27/6/2020। ਤੁਸੀਂ ਦੇਖ ਪਾ ਰਹੇ ਹੋ, ਠੀਕ ਹੈ ਜੀ, ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਇਹਨਾਂ ਦੇ ਦਿੱਤੇ ਗਏ ਟਾਈਮ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਨੂੰ ਸੈਂਡ ਕਰ ਦੇਣੇ ਨੇ, ਠੀਕ ਹੈ ਜੀ, ਬਾਏ ਪੋਸਟ। ਔਰ ਇਹਦੇ ਲਈ ਜਿਹੜੀ ਬਾਕੀ ਲੋੜੀਂਦਾ ਜਿਹੜੇ ਤੁਹਾਡੀ ਯੋਗਤਾਵਾਂ ਜਾਂ ਤਜਰਬਾ ਜਾਂ ਤੁਹਾਨੂੰ ਇਹਦੇ ਲਈ ਜਿਹੜਾ ਵਿਨੈ ਪੱਤਰ ਹੈ ਕਿੱਥੋਂ ਮਿਲੇਗਾ, ਉਹਦੇ ਲਈ ਤੁਸੀਂ ਇਹਨਾਂ ਦਿੱਤੇ ਗਏ ਵੈਬਸਾਈਟ ਦੇ ਉੱਪਰ ਜਾ ਕੇ ਇੱਥੋਂ ਤੁਸੀਂ ਇਹਨਾਂ ਦਾ ਦਿੱਤਾ ਗਿਆ ਪਰਫਾਰਮਾ ਡਾਊਨਲੋਡ ਕਰ ਸਕਦੇ ਹੋ। ਉਹਨੂੰ ਤੁਸੀਂ ਖੁਦ ਫਿਲ ਕਰੋਗੇ ਔਰ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਸੈਂਡ ਕਰ ਦੋਗੇ। ਔਰ ਇਹਦੇ ਲਈ ਸਾਰੇ ਪੰਜਾਬ ਦੇ ਜਿਹੜੇ ਕੈਂਡੀਡੇਟਸ ਨੇ ਉਹ ਅਪਲਾਈ ਕਰ ਸਕਦੇ ਨੇ। ਇਹ ਤੁਸੀਂ ਦੇਖ ਹੀ ਪਾ ਰਹੇ ਹੋ, ਸਮਾਜ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ, ਠੀਕ ਹੈ ਜੀ, ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਸੈਂਡ ਕਰ ਦੇਣਾ। ਔਰ ਵੈਬਸਾਈਟ 'ਤੇ ਜਾ ਕੇ ਤੁਸੀਂ ਇੱਕ ਵਾਰੀ ਉਹਨਾਂ ਦਾ ਦਿੱਤਾ ਗਿਆ ਅਫੀਸ਼ੀਅਲ ਨੋਟੀਫਿਕੇਸ਼ਨ ਉਹ ਜ਼ਰੂਰ ਡਾਊਨਲੋਡ ਕਰ ਲੈਣਾ ਜੀ। ਸੋ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ। ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਦੇ ਲਈ ਧੰਨਵਾਦ ਜੀ।